ਆਮ ਆਦਮੀ ਪਾਰਟੀ ਨੇ ਜ਼ਮੀਨੀ ਚੋਣਾਂ ਲੋਕ ਸਭਾ 'ਚ ਜਲੰਧਰ 'ਚ ਜਿੱਤ ਹਾਸਲ ਕਰਨ ਦੇ ਕਰੀਬ ਪਹੁੰਚੇ ਹੋਏ ਨੇ, ਤੁਸੀਂ ਉਹਦੇ ਲਈ ਕੀ ਕਹਿਣਾ ਚਾਹੁੰਦੇ ਹੋ? ਅਸੀਂ ਆਮ ਆਦਮੀ ਪਾਰਟੀ ਨੇ ਮਤਲਬ 1 ਸਾਲ ਤੋਂ ਪੂਰੀ ਮਿਹਨਤ ਕਰੀ ਆ ਅਤੇ ਬਿਜਲੀ ਦੇ ਬਿੱਲ ਜਿਹੜੇ ਸੀ ਉਹ 0 ਹੋ ਗਏ ਸਾਰਿਆਂ ਦੇ, ਉਸ ਦੇ ਆਧਾਰ 'ਤੇ ਅਸੀਂ ਚੋਣ ਲੜੀ ਆ ਅਤੇ ਪੈਨਸ਼ਨਾਂ ਜਿਹੜੀਆਂ ਨੇ ਅਗਸਤ ਤੋਂ ਸ਼ੁਰੂ ਹੋ ਜਾਣੀਆਂ ਨੇ ਅਤੇ ਸਾਰੀ ਚੋਣ ਦੇ ਵਿੱਚ ਪੂਰੀ ਲੀਡਰਸ਼ਿਪ ਦਾ ਪੂਰੇ ਵਰਕਰਾਂ ਦਾ ਬਹੁਤ ਯੋਗਦਾਨ ਰਿਹਾ। ਸੁਸ਼ੀਲ ਰਿੰਕੂ ਜੀ ਨੂੰ ਜਿਤਾਉਣ ਦੇ ਵਿੱਚ ਵਰਕਰਾਂ ਦਾ ਬਹੁਤ ਯੋਗਦਾਨ ਰਿਹਾ। ਅਸੀਂ ਉੱਥੇ 15 ਲਗਾਤਾਰ ਜਾਂਦੇ ਰਹੇ ਹਾਂ, ਸਵੇਰੇ ਜਾ ਕੇ ਸ਼ਾਮ ਨੂੰ ਸਾਰੇ ਵਰਕਰਾਂ ਨੂੰ ਮਿਲ ਕੇ ਪਿੰਡ ਪਿੰਡ ਜਾ ਕੇ ਸਾਰਿਆਂ ਨੂੰ ਉਤਸ਼ਾਹ ਕਰਿਆ ਅਤੇ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜੀ ਭਵਿੱਖ ਆ ਉਹ ਬਹੁਤ ਵੱਡਾ ਉੱਚਾ ਹੋਇਆ ਵਾ ਅਤੇ ਸਾਰੀਆਂ ਪਾਰਟੀਆਂ ਨੂੰ ਪਛਾੜਦੇ ਹੋਏ ਅਸੀਂ ਜਿੱਤ ਹਾਸਲ ਕੀਤੀ ਹੈ ਜੀ।